ਸਤਿ ਸ਼੍ਰੀ ਅਕਾਲ ਕਿਸਾਨ ਸਾਥੀਓ, ਮੈਂ ਹਾਂ ਤੁਹਾਡਾ ਆਪਣਾ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ। ਦੋਸਤੋ, ਸਭ ਤੋਂ ਪਹਿਲਾਂ ਤਾਂ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ, ਜਿਹਦੇ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹੈ, ਅਤੇ ਨਾਲ ਹੀ ਜਿਹੜਾ ਹੈਗਾ ਫੌਜ ਅਤੇ NDRF ਦੀਆਂ ਟੀਮਾਂ ਨੂੰ ਵੀ ਬੁਲਾਉਣਾ ਪਿਆ ਹੈ। ਹੁਣ ਜਿੱਥੇ ਜਿਹੜਾ ਨਰਮਾ ਅਤੇ ਝੋਨਾ 5-5 ਫੁੱਟ ਪਾਣੀ, 7-7 ਫੁੱਟ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ, ਅਤੇ ਉੱਥੇ ਕਿਸਾਨਾਂ ਦੀ ਫਸਲ ਮਾਰ ਹੋ ਰਹੀ ਹੈ, ਅਤੇ ਕਿਸਾਨ ਵੀਰ ਇੰਤਜ਼ਾਰ ਕਰ ਰਹੇ ਹੈ ਕਿ ਕਿਵੇਂ ਪਾਣੀ ਉਤਰੇ ਤਾਂ ਉੱਥੇ ਝੋਨਾ ਲਾਇਆ ਜਾਵੇ। ਤਾਂ ਝੋਨਾ ਲਾਉਣ ਵਾਸਤੇ ਕਿਸਾਨ ਵੀਰਾਂ ਦੇ ਕੋਲ ਪਨੀਰੀ ਨਹੀਂ ਹੈਗੀ, ਅਤੇ ਮੈਂ ਇਸ ਵੀਡੀਓ ਰਾਹੀਂ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਸਭ ਨੂੰ ਕਿ ਜਿਹੜੇ ਕਿਸਾਨ ਵੀਰਾਂ ਦੇ ਕੋਲ ਪਨੀਰੀ ਖੜ੍ਹੀ ਹੈ, ਉਹ ਪਨੀਰੀ ਨੂੰ ਵਾਹੋ ਨਾ, ਅਤੇ ਉਹ ਇਹ ਪਨੀਰੀ ਜਿਹੜਾ ਹੈਗਾ ਇਹਨਾਂ ਕਿਸਾਨ ਵੀਰਾਂ ਨੂੰ ਉਪਲਬਧ ਕਰਾਓ। ਤੁਸੀਂ ਕਰਨਾ ਕੁਛ ਨਹੀਂ ਹੈ, ਕੇਵਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਕੋਲ ਕਿੰਨੀ ਪਨੀਰੀ ਖੜ੍ਹੀ ਹੈ, ਕਿਹੜੀ ਵਰਾਇਟੀ ਹੈ, ਅਤੇ ਨਾਲ ਮੋਬਾਈਲ ਨੰਬਰ ਦੇ ਦਿਓ, ਤਾਂ ਕਿ ਜੇਕਰ ਕਿਸੇ ਜ਼ਰੂਰਤਮੰਦ ਕੋਲ ਇਹ ਵੀਡੀਓ ਪਹੁੰਚੇ ਤਾਂ ਉੱਥੋਂ ਕਾਲ ਕਰਕੇ ਤੁਹਾਡੇ ਕੋਲੋਂ ਪਨੀਰੀ ਲੈ ਜੇ। ਪਹਿਲੀ ਗੱਲ ਤਾਂ ਹੈਗੀ ਹੈ ਕਿ ਪਨੀਰੀ ਦਾ ਦਾਨ ਕੀਤਾ ਜਾਵੇ, ਬਹੁਤ ਵਧੀਆ। ਜੇਕਰ ਤੁਸੀਂ ਦਾਨ ਨਹੀਂ ਕਰਨਾ ਚਾਹੁੰਦੇ ਤਾਂ ਮੈਨੂੰ ਬਹੁਤ ਕਿਸਾਨ ਵੀਰਾਂ ਦੇ ਫੋਨ ਆਏ ਹੈ ਕਿ ਜੀ ਸਾਨੂੰ ਜਿਹੜਾ ਹੈਗਾ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਹਾਂ ਕਿ ਸਾਨੂੰ ਪਨੀਰੀ ਕਿਤੇ ਨਾ ਕਿਤੋਂ ਮਿਲ ਜਾਵੇ। ਤਾਂ ਇਸ ਕਰਕੇ ਦੋਸਤੋ, ਖੁੱਲ੍ਹ ਕੇ ਅੱਗੇ ਆਓ, ਅਤੇ ਜਿਹਦੇ ਕੋਲ ਭਾਵੇਂ ਮਰਲਾ ਹੀ ਪਨੀਰੀ ਦਾ ਹੈਗਾ ਹੈ, ਤਾਂ ਤੁਸੀਂ ਆਪਣੀ ਪਨੀਰੀ ਦੀ ਵਰਾਇਟੀ ਅਤੇ ਜਿਹੜਾ ਹੈਗਾ ਕਿੰਨਾ ਥਾਂ ਅਤੇ ਮੋਬਾਈਲ ਨੰਬਰ ਕਮੈਂਟ ਬਾਕਸ ਦੇ ਵਿੱਚ ਲਿਖੋ, ਤਾਂ ਕਿ ਜਿਹੜੇ ਜ਼ਰੂਰਤਮੰਦ ਕਿਸਾਨ ਹੈ, ਜਿਵੇਂ ਹੀ ਉਹਨਾਂ ਦਾ ਪਾਣੀ ਉਤਰਦਾ ਹੈ ਤਾਂ ਉਹ ਤੁਹਾਡੇ ਤੋਂ ਪਨੀਰੀ ਲੈ ਕੇ ਆਪਣੇ ਖੇਤਾਂ 'ਚ ਲਾ ਸਕਣ, ਜਿਹਦੇ ਨਾਲ ਕਿ ਜਿਹੜਾ ਹੈਗਾ ਉਹਨਾਂ ਦਾ ਸੀਜ਼ਨ ਖਰਾਬ ਹੋਣੋਂ ਬਚ ਜੇ। ਬਹੁਤੇ ਵੀਰ ਕਮੈਂਟ ਦੇ ਵਿੱਚ ਕਹਿਣਗੇ ਸਰਕਾਰ ਇਹ ਕਰਦੇ, ਸਰਕਾਰ ਉਹ ਕਰਦੇ। ਭਰਾਵੋ, ਸਰਕਾਰਾਂ ਜਦੋਂ ਕਰਨਗੀਆਂ ਉਦੋਂ ਦੇਖੀ ਜਾਊਗੀ। ਪਹਿਲਾਂ ਜਿਹੜਾ ਹੈਗਾ ਭਰਾ ਭਰਾ ਦੀ ਮਦਦ ਵਾਸਤੇ ਅੱਗੇ ਆਵੇ। ਜਿਹੜੇ ਭਰਾਵਾਂ ਦੇ ਕੋਲ ਦਿੱਕਤ ਆਈ ਹੈ, ਦੇਖੋ ਅਖਬਾਰਾਂ ਦੀ ਕਟਿੰਗ ਤੁਸੀਂ ਦੇਖ ਰਹੇ ਹੋ, ਅਤੇ ਉਹਨਾਂ ਭਰਾਵਾਂ ਦੀ ਮਦਦ ਜੇ ਭਰਾ ਨਹੀਂ ਕਰਨਗੇ ਤਾਂ ਦੂਸਰਾ ਕੌਣ ਕਰੂਗਾ। ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ, ਜਿਹਦੇ ਕੋਲ ਵੀ ਪਨੀਰੀ ਦੀ ਪਈ ਹੈ, ਉਹ ਆਪਣੀ ਕਮੈਂਟ ਬਾਕਸ ਦੇ ਵਿੱਚ ਪਨੀਰੀ ਕਿਹੜੀ ਵਰਾਇਟੀ ਹੈ, ਕਿੰਨੀ ਮਾਤਰਾ ਦੇ ਵਿੱਚ ਹੈ, ਕਿੰਨੇ ਮਰਲੇ ਹੈ, ਅਤੇ ਮੋਬਾਈਲ ਨੰਬਰ ਆਪਣਾ ਦੇਵੇ, ਤਾਂ ਕਿ ਜੇ ਕੋਈ ਜ਼ਰੂਰਤਮੰਦ ਕਿਸਾਨ ਨੂੰ ਉਹ ਚਾਹੀਦੀ ਹੈ ਤਾਂ ਉਹ ਤੁਹਾਡੇ ਨਾਲ ਫੋਨ 'ਤੇ ਸੰਪਰਕ ਕਰ ਸਕੇ, ਅਤੇ ਸੰਪਰਕ ਕਰਨ ਤੋਂ ਬਾਅਦ ਦੇ ਵਿੱਚ ਉਹ ਆਪਣੇ ਜਦੋਂ ਪਾਣੀ ਉਤਰੇ ਤਾਂ ਖੇਤ ਦੇ ਵਿੱਚ ਲਗਾ ਸਕੇ। ਤੁਹਾਡੀ ਛੋਟੀ ਜਿਹੀ ਮਦਦ ਦੇ ਨਾਲ ਕਿਸੇ ਕਿਸਾਨ ਵੀਰ ਦਾ ਬਚਾਅ ਹੋ ਸਕਦਾ ਹੈ। ਨਹੀਂ ਤਾਂ ਵੀਰੋ, ਤੁਸੀਂ ਜਾਣਦੇ ਹੋ ਕਿ ਜਦੋਂ ਇੱਕ ਵਾਰੀ ਫਸਲ ਮਾਰ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਕਿਸਾਨ 8-10 ਸਾਲ ਤੱਕ ਨਹੀਂ ਉੱਠ ਸਕਦਾ। ਹੁਣ ਇਸ ਟਾਈਮ ਜ਼ਰੂਰਤ ਹੈ ਕਿ ਆਪਾਂ ਅੱਗੇ ਤੁਰੀਏ ਅਤੇ ਉਹਨਾਂ ਭਰਾਵਾਂ ਦੀ ਬਾਂਹ ਫੜੀਏ ਜਿਹੜੇ ਭਰਾ ਜਿਹੜੇ ਹੈਗੇ ਹੈ ਪਾਣੀ ਦੀ ਮਾਰ ਦੇ ਥੱਲੇ ਹੈ। ਇਹ ਗੱਲਾਂ ਬਾਅਦ ਦੇ ਵਿੱਚ ਆਪਾਂ ਕਰ ਲਾਂਗੇ ਕਿ ਸਰਕਾਰ ਨੇ ਕੀ ਕੀਤਾ, ਕਿਹਨੇ ਕੀ ਕੀਤਾ, ਕਿਹੜੀ ਏਜੰਸੀ ਨੇ ਕੀ ਕੀਤਾ। ਇਸ ਚਰਚਾ ਕਰਨ ਦੇ ਲਈ ਆਪਣੇ ਕੋਲ ਬਹੁਤ ਸਾਰਾ ਟਾਈਮ ਪਿਆ ਹੈ। ਸ਼ੁਰੂਆਤ ਪਨੀਰੀ ਦੇ ਦਾਨ ਤੋਂ ਕਰੋ ਅਤੇ ਅੱਗੇ ਵੱਧ ਕੇ ਆਪਣੇ ਭਰਾਵਾਂ ਦੀ ਮਦਦ ਕਰੋ। ਵੀਡੀਓ ਚੰਗੀ ਲੱਗੇ ਜਾਂ ਨਾ ਲੱਗੇ, ਇਸ ਨੂੰ ਸ਼ੇਅਰ ਜ਼ਰੂਰ ਕਰਨਾ। ਬਹੁਤ ਬਹੁਤ ਧੰਨਵਾਦ ਜੀ।